हेलो गाइस, किद्दा जी सारे, की हाल चाल आ? आई होप तुसी सारे ठीक होंगे। ते गाइस, आज दा दिन असी वैसे तो कोई व्लॉग नहीं बनाया, ठीक है? अज 29 तरीक सीगा, संडे वाला दिन सीगा, ते सवेर दा वैसे भी लाइट लूइट जांदी सीगी, ते असी व्लॉग नहीं शूट कीता। पर हुण जिद्दां वैसे तो दिन बहुत वधिया सीगा, शाम नूं जदों असी गुरुद्वारे गए ना, उत्थे सानूं फोन आया मेरे फ्रेंड दा कि सिद्धू मूसेवाले नूं गोलियां मार के मार दित्ता गया। ते मैं उहदा शौक हो गया, मैं हुण 8 वजे नाल आ घर आया वां, ਤੇ ਉਹਦਾ ਮੇਰਾ ਮੂਡ ਸੈਡ ਹੀ ਆ। 1 ਘੰਟਾ ਹੋ ਗਿਆ ਉੱਥੋਂ ਮੈਂ ਹੁਣ ਤੁਰਿਆ। ਮੈਂ ਅਸੀਂ ਗੁਰਦੁਆਰੇ ਜਦੋਂ ਪਤਾ ਲੱਗਾ ਨਾ, ਸਾਡੇ ਉਦੋਂ ਦਾ ਮੂਡ ਹੋਰ ਤਰ੍ਹਾਂ ਹੀ ਹੋ ਗਿਆ ਦਿਲ 'ਚ। ਮਤਲਬ ਕਿ ਅਸੀਂ ਵੀ ਸਿੱਧੂ ਮੂਸੇਵਾਲੇ ਦੇ ਫੈਨ ਸੀਗੇ, ਕਰਨ ਔਜਲਾ ਦੇ ਫੈਨ, ਆਪਾਂ ਤੇ ਸਿੱਧੂ ਮੂਸੇਵਾਲੇ ਦੋਨਾਂ ਦੇ ਫੈਨ ਆ, ਠੀਕ ਆ? ਸਿੱਧੂ ਮੂਸੇਵਾਲੇ ਦਾ ਜਿਹੜਾ ਵੀ ਗਾਣਾ ਆਉਂਦਾ ਆਪਾਂ ਫਟਾਫਟ ਪਹਿਲੇ ਸਿੱਟੇ ਉਹਨਾਂ ਦਾ ਗਾਣਾ ਸੁਣੀਦਾ ਵਾ, ਕਿਉਂਕਿ ਬਹੁਤ ਵਧੀਆ ਤਰੀਕੇ ਨਾਲ ਗਾਣਾ ਗਾਉਂਦੇ। ਭਲਾ ਉਹਨਾਂ ਨੇ ਦੂਸਰੇ ਗਾਣੇ ਕੱਢੇ ਆ, ਜਿੱਦਾਂ ਕਿ ਲੜਾਈ ਵਾਲੇ, ਧਮਕੀ ਵਾਲੇ, ਵਾਰਨਿੰਗ ਵਾਲੇ, ਜਿੱਦਾਂ ਵੀ ਗਾਣੇ ਕੱਢੇ ਆ, ਪਰ ਉਹ ਗਾਣੇ ਦੇ ਵੇਹ ਦੇ ਨਾਲ ਲੈ ਕੇ ਚੱਲੋ ਉਹਨਾਂ ਨੂੰ ਤੇ ਮਾਰਨ ਦਾ ਇਹਦੇ ਵਿੱਚ ਕੋਈ ਗੱਲ ਹੀ ਨਹੀਂ ਹੋਊਗੀ। ਕੋਈ ਦੁਸ਼ਮਣੀ ਹੋ ਸਕਦੀ ਹੈ ਵੈਸੇ, ਆਪਾਂ ਨੂੰ ਕੀ ਪਤਾ, ਠੀਕ ਹੈ? ਆਪਾਂ ਇਹ ਨੋਰਮਲ ਕੋਈ ਦੁਸ਼ਮਣੀ ਹੋਊਗੀ ਜਾਂ ਕੀ ਹੋਊਗਾ, ਆਪਾਂ ਤਾਂ ਉਹਨਾਂ ਦੇ ਫੈਨ ਆ, ਘਰ ਬੈਠੇ ਗਾਣੇ ਸੁਣਨ ਵਾਲੇ, ਆਪਾਂ ਨੂੰ ਬਹੁਤ ਪਸੰਦ ਸੀ। ਆਪਾਂ ਦੋਨਾਂ ਦੇ ਗਾਣੇ ਸੁਣਦੇ ਆ, ਸਿੱਧੂ ਮੂਸੇਵਾਲੇ ਦੇ ਵੀ, ਕਰਨ ਔਜਲੇ ਦੇ ਵੀ। ਤੇ ਬਾਕੀ ਸਿੱਧੂ ਮੂਸੇਵਾਲਾ ਜਿੰਨੀ ਤੇਜ਼ ਉੱਪਰ ਨੂੰ ਗਿਆ ਸੀ ਨਾ, ਕੋਈ ਵੀ ਸਿੰਗਰ ਨਹੀਂ ਮੈਨੂੰ ਲੱਗਦਾ ਗਿਆ ਹੋਊਗਾ, ਕਿਉਂਕਿ ਉਹਨੇ ਲੇਜੈਂਡ ਗਾਣਾ ਇਸੇ ਲਈ ਕੱਢਿਆ ਕਿਉਂਕਿ ਸੱਚਮੁੱਚ ਉਹ ਲੇਜੈਂਡ ਆ, ਠੀਕ ਆ? ਸਲੂਟ ਆ ਉਹਨੂੰ, ਬੰਦੇ ਨੂੰ ਲੇਜੈਂਡ ਸੀਗਾ, ਉਹ ਸਾਰਿਆਂ ਦੀ ਇਨਸਪੀਰੇਸ਼ਨ ਸੀਗਾ, ਯੰਗ ਬੰਦਿਆਂ ਲਈ ਬਹੁਤ ਇਨਸਪੀਰੇਸ਼ਨ ਸੀਗਾ, ਸਾਰੇ ਉਹਨੂੰ ਬਹੁਤ ਮੋਟੀਵੇਸ਼ਨ ਮਿਲਦੀ ਸੀ। ਬਾਕੀ ਇਹਨਾਂ ਸੈਡ ਦੇਣ ਵਾ ਪਤਾ ਨਹੀਂ, ਹੁਣ ਅਸੀਂ ਉਹਦਾ ਸ਼ਾਮ ਨੂੰ ਵਲੌਗ ਸ਼ੂਟ ਕਰਨਾ ਸੀ, ਇੱਕ ਦੱਸ ਨਹੀਂ ਸਕਦੇ ਹੁਣ ਕਿਹੜਾ ਕਰਨਾ ਸੀਗਾ, ਹਾਂ ਵਲੌਗ ਦੱਸ ਨਹੀਂ ਸਕਦੇ ਸੀ ਕਿਹੜਾ ਕਰਨਾ ਸੀਗਾ। ਤੇ ਗਾਇਸ, ਬੋਲੀ ਹੁੰਦਾ ਦਿਲ ਹੋਰ ਤਰ੍ਹਾਂ ਹੁੰਦੀ ਆ। ਤੇ ਬਾਕੀ ਗਾਇਸ ਗਾਇਸ ਪਤਾ ਨਹੀਂ ਲੋਕਾਂ ਦੇ ਵਿੱਚ ਇੰਨੀ ਹਿੰਮਤ ਕਿੱਥੋਂ ਆ ਜਾਂਦੀ, ਗੋਲੀਆਂ ਮਾਰ ਦਿੰਦੀ, ਸਿੱਧੀਆਂ ਮਾਰ ਦਿੰਦੇ ਆ ਯਾਰ। ਤੁਸੀਂ ਉਹਨਾਂ ਦੀ ਫੈਮਿਲੀ ਤੋਂ ਦੇਖੋ ਤੁਸੀਂ ਵੀ ਕਿ ਕੋਈ ਹੈਗੇ ਆ, ਜੇ ਤੁਹਾਨੂੰ ਕੋਈ ਇਦਾਂ ਮਾਰੂਗਾ ਤੁਸੀਂ ਕੀ ਕਰੋਗੇ? ਤੁਹਾਡੇ ਵੀ ਕੋਈ ਬੱਚੇ ਹੋਊਗੇ, ਤੁਹਾਡੀ ਮੰਮਾ ਹੋਊਗੀ, ਤੁਹਾਡੀ ਫੈਮਿਲੀ, ਤੁਹਾਡੀ ਵਾਈਫ, ਕੁਛ ਵੀ। ਹੁਣ ਉਹਨਾਂ ਦੀ ਮੰਮਾ ਤੇ ਕੀ ਵੀ ਇਦਾਂ ਹੋਣਾ, ਇਦਾਂ ਦੀ ਯਾਰ ਬੋਲ ਵੀ ਨਹੀਂ ਹੁੰਦਾ, ਹੋਰ ਤਰ੍ਹਾਂ ਹੁੰਦੀ ਦਿਲ ਨੂੰ। ਬਾਕੀ ਗਾਈ ਹੱਥ ਜੋੜ ਕੇ ਰੱਬ ਅੱਗੇ ਅਰਦਾਸ ਕਰਿਓ ਕਿ ਸਿੱਧੂ ਮੂਸੇਵਾਲੇ ਦੀ ਆਤਮਾ ਨੂੰ ਸ਼ਾਂਤੀ ਮਿਲੇ, ਜਿਹੜਾ ਮੁਕਾਮ ਉਹਨੇ ਹਾਸਲ ਕੀਤਾ ਉਹਦੀ ਥਾਂ ਕੋਈ ਵੀ ਨਹੀਂ ਲੈ ਸਕਦਾ, ਠੀਕ ਹੈ ਗਾਈ? ਤੇ ਬਾਕੀ ਇੱਥੇ ਹੀ ਖਤਮ ਕਰਦੇ ਹਾਂ, ਤੇ ਦਿਨ ਸੱਚੀ ਸੈਡ ਹੀ ਅੱਜ ਗਾਈਸ। ਬਾਕੀ ਨਾ ਜਦੋਂ ਕੋਈ ਜ਼ਿਆਦਾ ਉੱਪਰ ਜਾਂਦਾ ਵਾ ਉਹ ਆਪਣੀ ਮਿਹਨਤ ਉੱਤੇ ਜਾਂਦਾ, ਆਪਣੇ ਦਮ ਤੇ ਆਉਂਦਾ, ਤੇ ਕਈ ਲੋਕ ਹੁੰਦੇ ਆ ਕਿ ਉਹ ਬਾਂਹ ਖਿੱਚ ਕੇ ਨੀਚੇ ਕਰ ਦਿੰਦੇ। ਤੁਸੀਂ ਬਹੁਤ ਜਣਾ ਨੇ ਇੱਥੇ, ਸਾਡੇ ਲੋਕਲ ਸੰਦੀਪ ਨੰਗਲੰਬੀਆਂ ਨਾਲ ਵੀ ਹੋਇਆ ਨਾ ਇਦਾਂ, ਸੰਦੀਪ ਨੰਗਲੰਬੀਆਂ ਵੀ ਜਿਹੜਾ ਟਾਈਮ ਹੋਇਆ, ਮਹੀਨਾ ਡੇਢ ਮਹੀਨਾ ਹੋ ਗਿਆ ਤੇ ਉਹਨੂੰ ਵੀ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ, ਗੋਲੀਆਂ ਮਾਰ ਕੇ ਮਾਰ ਦਿੱਤਾ, ਸਿੱਧੂ ਮੂਸੇਵਾਲੇ ਨੂੰ ਮਾਰ ਦਿੱਤਾ ਗਿਆ। ਸ਼ੌਕ ਸਟੋਰੀ ਆ ਬਹੁਤ ਜ਼ਿਆਦੀ, ਮੈਂ ਕਹਿੰਦਾ ਸਾਰਾ ਪੰਜਾਬ ਇਸ ਸਦਮੇ ਨਾਲ ਝੂਲ ਰਿਹਾ ਹੋਣਾ ਨਾ ਇਸ ਟਾਈਮ। ਤੇ ਬਾਕੀ ਗਾਈਜ਼ ਰੱਬ ਅੱਗੇ ਅਰਦਾਸ ਕਰਿਓ ਕਿ ਸਿੱਧੂ ਮੂਸੇਵਾਲੇ ਦੀ ਆਤਮਾ ਨੂੰ ਸ਼ਾਂਤੀ ਮਿਲੇ। ਤੇ ਬਾਕੀ ਇਹ ਵੀਡੀਓ ਇੱਥੇ ਹੀ ਖਤਮ ਕਰਦੇ ਹਾਂ, ਤੇ ਹੁਣ ਬਸ ਇੱਦੀ ਟਾਈਮ ਸਪੈਂਡ ਕਰਨਾ ਪੈਣਾ। ਹੁਣ ਉਹਦੇ ਗਾਣੇ ਇੱਕ ਹਿਸਾਬ ਨਾਲ ਆਉਣੇ ਵੀ ਸੀਗੇ, ਹੁਣ ਬਹੁਤ, ਹੁਣ ਸਾਰੀ ਉਮਰ ਉਹੀ ਪਹਿਲਾਂ ਵਾਲੇ ਗਾਣੇ ਹੀ ਸੁਣਾਂਗੇ ਹੁਣ ਆਪਾਂ, ਠੀਕ ਹੈ ਜੀ ਗਾਈਜ਼? ਬਾਕੀ ਮਿਲਦੇ ਆ, ਸਾਰੀ ਉਮਰ ਲਈ ਯਾਦ ਰਹਿ ਗਿਆ ਆਪਾਂ ਨੂੰ ਇਹ।